यस बेटे, जफरनामा इकांगी आपां सैटरडे नूं कीता, उहदे 20-25 क्वेश्चन्स कीते। जफरनामा इकांगी दे बाकी क्वेश्चन करन तों पहलां आपां मार्क्स दी डिस्ट्रीब्यूशन नोट कर लईए, पीटी 2 एग्जाम लई ते टर्म लई। काव्य रचनावां साहित्यमाला बुक दे विच्चों सोकिया मंदा आखीए ते किरपा करके बक्सले नूं 4 मार्क्स दे क्वेश्चन। ਘਰ ਦਾ ਪਿਆਰ ਤੇ ਬੋਲੀ ਵਾਰਤਕ ਲਈ 5 ਮਾਰਕਸ ਕੁਸ਼ਚਨ, 5 ਮਾਰਕਸ ਦੇ 1 ਮਾਰਕ ਕੁਸ਼ਚਨ ਆਉਣੇ ਹਨ। ਠੀਕ ਹੈ, ਮੀਨਸ ਇਹ ਬੁੱਕ ਨੂੰ ਕਿੰਨੀ ਵੇਟੇਜ ਗਈ? 9 ਮਾਰਕ। ਠੀਕ ਹੈ, ਦੈਨ ਵਨਗੀ ਬੁੱਕ ਚੋਂ ਕੀ ਰਹਿ ਗਿਆ? ਕਹਾਣੀ, ਸੁਜਾਨ ਸਿੰਘ ਦੀ ਕਹਾਣੀ, ਬੋਲੋ ਕਿਹੜੀ ਕਹਾਣੀ ਪੜ੍ਹੀ? ਕੁਲਫੀ। 3 ਨੰਬਰ, 3 ਕੁਸ਼ਚਨ ਆਉਣਗੇ। ਇਕਾਂਗੀ ਜ਼ਫਰਨਾਮਾ ਡਾਕਟਰ ਹਰਚਰਨ ਸਿੰਘ ਦਾ 3 ਨੰਬਰ। ਠੀਕ ਹੈ, ਕਹਿਣ ਨੂੰ ਤਾਂ ਦੱਸੋ ਕਿ ਇਕਾਂਗੀ ਤਾਂ ਇੱਕੋ ਹੀ ਹੈ, ਉਹਦੇ ਆਪਾਂ ਕੁਸ਼ਚਨ ਵੀ 50 ਤੱਕ ਕਰ ਲੈਣੇ ਆ, ਪਰ ਉਹ 'ਚੋਂ 3 ਨੰਬਰ ਦੇ ਕੁਸ਼ਚਨ ਆਉਣੇ ਆ, ਉਹ ਡਬਲ ਸੈੱਟ ਆਉਣਾ ਹੈ ਪੇਪਰ ਦਾ। ਇਹ ਕਿੰਨੇ ਨੰਬਰ ਹੋ ਗਏ ਟੋਟਲ? 15 ਨੰਬਰ ਦੀ ਬੁੱਕ, ਕਲੀਅਰ? 15 ਨੰਬਰ ਦੀ ਰੀਡਿੰਗ ਸਕਿੱਲ, 2 ਅਣਡਿੱਠਾ ਵਾਰਤਕ ਪੈਰਾ ਅਨਸੀਨ ਔਰ 1 ਕਾਵਿ ਟੁਕੜੀ, 5-5 ਨੰਬਰ ਦਾ ਹਰੇਕ ਪਾਠ, 15 ਨੰਬਰ ਕਲੀਅਰ, 10 ਨੰਬਰ ਦੀ ਗ੍ਰਾਮਰ, 4 ਨੰਬਰ ਦੇ ਸਮਾਸੀ, 4 ਨੰਬਰ ਦੇ ਬਹੁ ਆਰਥਿਕ ਸ਼ਬਦ, 2 ਨੰਬਰ ਦੇ ਮੁਹਾਵਰੇ। ਮੁਹਾਵਰੇ ਦਾ ਭਾਗ ਕੀ ਹੈ? ਕੱਕੇ ਤੋਂ, ਆਹ ਸਿਲੇਬਸ ਹੈ ਕੱਕੇ ਤੋਂ ਘੱਗੇ ਤੱਕ। ਹੁਣ ਨੋਟ ਕਰੋ, ਜਿਹੜੇ ਰਿਵੀਜ਼ਨ ਟੈਸਟ ਹੋਣੇ ਨੇ, 2 ਮਾਰਕਸ ਮੁਹਾਵਰੇ, 2 ਮਾਰਕਸ, 10 ਮਾਰਕਸ ਦੀ ਗ੍ਰਾਮਰ ਹੈ ਤੁਹਾਡੀ। ਹੁਣ ਨੋਟ ਕਰੋ, ਫਸਟ ਰਿਵੀਜ਼ਨ ਟੈਸਟ, ਸੈਕਿੰਡ ਰਿਵੀਜ਼ਨ ਟੈਸਟ। ਪਹਿਲਾ ਰਿਵੀਜ਼ਨ ਟੈਸਟ ਵਨਗੀ ਬੁੱਕ, ਜਿਹਦੇ 'ਚ ਕਹਾਣੀ ਤੇ ਇਕਾਂਗੀ, ਠੀਕ ਹੈ, ਨਾਲ ਉਹ ਆਰਥਿਕ ਸ਼ਬਦ ਤੇ ਕੱਕਾ ਤੇ ਖੱਖਾ ਭਾਗ ਮੁਹਾਵਰੇ। ਠੀਕ ਹੈ, ਕਲੀਅਰ? ਔਰ ਅਣਡਿੱਠੀ ਕਾਫ ਟੁਕੜੀ, ਡਿਵਾਈਡ ਬਰਾਬਰ ਕਰਨਾ ਨਾ, ਫਸਟ ਰਿਵੀਜ਼ਨ ਟੈਸਟ, ਸੈਕਿੰਡ ਰਿਵੀਜ਼ਨ ਟੈਸਟ ਹੈ। ਫਸਟ ਰਿਵੀਜ਼ਨ ਬੇਟੇ ਮੈਂ ਗਰੁੱਪ 'ਚ ਸੈਂਡ ਕਰਾਂਗੀ। ਫਸਟ ਰਿਵੀਜ਼ਨ ਟੈਸਟ ਵਨਗੀ ਬੁੱਕ, ਓਨਲੀ ਕਹਾਣੀ ਔਰ ਇਕਾਂਗੀ, ਔਰ ਸੈਕਿੰਡ ਰਿਵੀਜ਼ਨ ਟੈਸਟ ਕਾਵ ਰਚਨਾਵਾਂ, ਕਾਵ ਰਚਨਾਵਾਂ ਤੇ ਵਾਰਤਕ ਲੇਖ। ਕਾਵ ਰਚਨਾਵਾਂ ਸੋਕੇ ਮੰਦਾ ਆਖੇ ਗੁਰੂ ਨਾਨਕ ਦੇਵ ਜੀ, ਕਿਰਪਾ ਕਰਕੇ ਬਖਸ਼ ਲਿਓ ਗੁਰੂ ਅਮਰਦਾਸ ਜੀ, ਘਰ ਦਾ ਪਿਆਰ ਪ੍ਰਿੰਸੀਪਲ ਤੇਜਾ ਸਿੰਘ, ਔਰ ਬੋਲੀ ਵਾਰਤਕ ਲੇਖ, ਬੋਲੋ ਲੇਖਕ ਭੁੱਲ ਗਏ, ਗੁਰਬਖਸ਼ ਸਿੰਘ ਪ੍ਰੀਤ ਲੜੀ। ਠੀਕ ਹੈ, ਔਰ ਸੈਕਿੰਡ ਵਾਲੇ ਰਿਵੀਜ਼ਨ ਟੈਸਟ ਵਿੱਚ ਅਣਡਿੱਠਾ ਵਾਰਤਕ ਪੈਰਾ, ਪੇਪਰ 'ਚ 2 ਆਉਣੇ ਆ ਪਰ ਟੈਸਟ ਵਿੱਚ 1 ਆਏਗਾ। ਦੈਨ ਗੱਗਾ ਤੇ ਘੱਗਾ ਭਾਗ ਮੁਹਾਵਰੇ, ਸਮਾਸੀ ਤੇ ਬਹੁ ਆਰਥਿਕ ਸ਼ਬਦ, ਗ੍ਰਾਮਰ ਸਾਰੀ ਦੋਨੋਂ ਟੈਸਟਾਂ 'ਚ ਆਉਣੀ। ਠੀਕ ਹੈ, ਕਲੀਅਰ ਹੈ? ਇਹ 40 ਮਾਰਕਸ ਤੁਹਾਡੇ 2 ਰਿਵੀਜ਼ਨ ਟੈਸਟ 'ਚ ਡਿਵਾਈਡ ਹੋ ਗਏ। ਹੁਣ ਆਪਾਂ ਸਟਾਰਟ ਕਰੀਏ ਅੱਜ ਜ਼ਫਰਨਾਮਾ ਇਕਾਂਗੀ, ਜੋ ਆਲਰੇਡੀ ਆਪਾਂ ਸਟਾਰਟ ਕੀਤਾ ਹੋਇਆ। ਮੈਨੂੰ 1-2 ਕੁਸ਼ਚਨ ਦੇ ਆਨਸਰ ਦੱਸ ਦਿਓ, ਮੈਨੂੰ ਸੈਟਿਸਫੈਕਸ਼ਨ ਹੋ ਜਾਏ ਕਿ ਤੁਸੀਂ ਰਿਵਾਈਜ਼ ਕੀਤੇ ਆ। ਯੈਸ ਬੇਟੇ, ਆਨਲਾਈਨ ਸਟੂਡੈਂਟਸ, ਜ਼ਫਰਨਾਮਾ ਇਕਾਂਗੀ ਵਿੱਚ ਔਰੰਗਜ਼ੇਬ ਨੇ ਪ੍ਰਜਾ ਦਾ ਚੈਨ ਕਿੰਨੇ ਸਾਲ ਖੋਈ ਰੱਖਿਆ? ਰੇਜ਼ ਯੋਰ ਹੈਂਡਸ ਆਨਲਾਈਨ ਸਟੂਡੈਂਟਸ, ਆਨਲਾਈਨ ਸਟੂਡੈਂਟਸ ਰੇਜ਼ ਯੋਰ ਹੈਂਡਸ ਬੇਟੇ। Am I audible? ਹਾਂਜੀ ਭੂਮਿਕਾ, ਕਿੰਨੇ ਸਾਲ ਪ੍ਰਜਾ ਦਾ ਚੈਨ ਕੋਈ ਰੱਖਿਆ? 80 ਸਾਲ। ਯੈਸ ਬੇਟੇ, ਮੈਮ 80 ਸਾਲ। ਕਿੰਨੇ ਸਾਲ ਭੂਮਿਕਾ? ਮੈਮ 80। ਮੈਮ 80 ਸਾਲ। ਬੇਟੇ ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਮ 80 ਸਾਲ। ਕਿੰਨੇ ਸਾਲ ਪ੍ਰਜਾ ਦਾ ਚੈਨ ਖੋਈ ਰੱਖਿਆ? 80 ਸਾਲ। 50 ਸਾਲ ਬੇਟੇ, ਰੋਂਗ ਹੋ ਗਿਆ। 50 ਸਾਲ, 50 ਸਾਲ, 80 ਸਾਲ ਤਾਂ ਆਇਆ ਹੀ ਨਹੀਂ ਵਿੱਚ ਬੇਟੇ, 50 ਸਾਲ। ਨੈਕਸਟ ਕੁਐਸਚਨ ਹੈ, ਜ਼ਫਰਨਾਮਾ ਇਕਾਂਗੀ ਦਾ ਸਥਾਨ ਕਿਹੜਾ ਹੈ? ਸਥਾਨ
ਕਿਹੜੇ ਸਥਾਨ ਤੇ ਜ਼ਫਰਨਾਮਾ ਇਕਾਂਗੀ ਦੀ ਸਾਰੀ ਘਟਨਾ ਬਾਰੇ ਜ਼ਿਕਰ ਕੀਤਾ ਹੈ ਤੁਹਾਨੂੰ ਦੱਸਿਆ ਹੋਇਆ ਕਾਂਗੜ ਨਗਰ ਅਹਿਮਦ ਨਗਰ ਕਾਂਗੜ ਨਗਰ ਚ ਤਾਂ ਗੁਰੂ ਜੀ ਨੇ ਮਿਲਣ ਦਾ ਪੈਗਾਮ ਭੇਜਿਆ ਹੈ ਮਾਲਵੇ ਦੇ ਕਾਂਗੜ ਨਗਰ ਵਿੱਚ ਅਹਿਮਦ ਨਗਰ ਦੀ ਘਟਨਾ ਹੈ ਜ਼ਫਰਨਾਮਾ ਇਕਾਂਗੀ ਦੀ ਇਹ ਆਪਾਂ ਕੁਐਸਚਨ ਡਿਸਕਸ ਕੀਤਾ ਸੀ ਅਹਿਮਦ ਨਗਰ ਦੇ ਵਿੱਚ ਇਕਾਂਗੀ ਦਾ ਸਥਾਨ ਹੈ ਸਮਾਂ ਕੀ ਹੈ ਸਵੇਰ ਦਾ ਤੇ ਈਅਰ ਕਿਹੜਾ ਹੈ 1706 ਇਹ ਸਾਰੇ ਕੁਐਸਚਨ ਆਪਾਂ ਪ੍ਰੀਵੀਅਸ ਕਲਾਸ ਚ ਕੀਤੇ ਹੈ ਪ੍ਰੀਵੀਅਸ ਮੀਨਸ ਡੇ ਬਿਫੋਰ ਯੈਸਟਰਡੇ ਹੁਣ ਆਪਾਂ ਅੱਗੋ ਕੁਐਸਚਨਸ ਲਿਖੀਏ ਅਜਮਤ ਦਾ ਪੀਰ ਕੌਣ ਹੈ ਲਿਖੋ ਬੇਟੇ ਅਜਮਤ ਦਾ ਪੀਰ ਕੌਣ ਹੈ ਔਰੰਗਜ਼ੇਬ ਅਸਤ ਖਾਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਅਜਮਤ ਦਾ ਪੀਰ ਕਿਸ ਨੂੰ ਕਿਹਾ ਗਿਆ ਹੈ ਇਕਾਂਗੀ ਦੇ ਵਿੱਚ ਆਇਆ ਹੈ ਔਰ ਕਿਹਨੇ ਕਿਹਾ ਇਹ ਅਗਲਾ ਕੁਐਸਚਨ ਹੈ ਕੌਣ ਕਹਿੰਦਾ ਅਜਮਤ ਦਾ ਪੀਰ ਕਿਸ ਨੂੰ ਬੋਲੋ ਬੇਟੇ ਕੌਣ ਦੇਗਾ ਆਂਸਰ ਅਜਮਤ ਮੀਨਸ ਜਿਹਦੀ ਮਾਨਤਾ ਹੈ ਬੜੀ ਬੜਾ ਉੱਚ ਦਾ ਪੀਰ ਗੁਰੂ ਗੋਬਿੰਦ ਸਿੰਘ ਜੀ ਅਜਮਤ ਮੀਨਸ ਅਜਮਤ ਉਰਦੂ ਫਾਰਸੀ ਦਾ ਸ਼ਬਦ ਹੈ ਇਹਦਾ ਮੀਨਿੰਗ ਵੀ ਲਿਖ ਲਓ ਕਿਉਂਕਿ ਕੋਈ ਵੀ ਮੀਨਿੰਗ ਆ ਸਕਦਾ ਹੈ ਆਲਮਗੀਰ ਦਾ ਮੀਨਿੰਗ ਖਿਦਮਤ ਦਾ ਮੀਨਿੰਗ ਠੀਕ ਹੈ ਕਾਸਤ ਦਾ ਮੀਨਿੰਗ ਜਿਹੜੇ ਜਿਹੜੇ ਵਰਡਸ ਇਹਦੇ ਵਿੱਚ ਆਏ ਨੇ ਉਹ ਮੀਨਿੰਗ ਵੀ ਲਿਖਣੇ ਹਨ ਅਜਮਤ ਵਾਲਾ ਪੀਰ ਕੌਣ ਹੈ ਗੁਰੂ ਗੋਬਿੰਦ ਸਿੰਘ ਜੀ ਹੁਣ ਅਗਲਾ ਕੁਐਸਚਨ ਲਿਖੋ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਮਤ ਦਾ ਪੀਰ ਕਿਸਨੇ ਕਿਹਾ ਅਹਿਮਦ ਖਾਨ ਔਰੰਗਜ਼ੇਬ ਅਸਤ ਖਾਨ ਜ਼ੀਨਤ ਉਨ ਨਿਸਾ ਕਿਸਨੇ ਕਿਹਾ ਤੁਹਾਨੂੰ ਮੈਂ ਬੱਚੇ ਕਿਹਾ ਸੀ ਇਕਾਂਗੀ ਦੀ ਰੀਡਿੰਗ ਕਰ ਲਓ ਰੀਡਿੰਗ ਕਰਨੀ ਬਹੁਤ ਜ਼ਰੂਰੀ ਹੈ ਅਸਤ ਖਾਨ ਨੋਟ ਕਰੋ ਅਸਤ ਖਾਨ ਨੇ ਜਦੋਂ ਔਰੰਗਜ਼ੇਬ ਦੇ ਨਾਲ ਉਹਦੀ ਚਰਚਾ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਜਦੋਂ ਔਰੰਗਜ਼ੇਬ ਉਹਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਿਹਾ ਤੇ ਗੱਲਾਂ ਵਿੱਚ ਕੀ ਕਹਿੰਦਾ ਉਹ ਤਾਂ ਅਜਮਤ ਦਾ ਪੀਰ ਹੈ ਕੌਣ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਲਿਖੋ ਅਸਤ ਖਾਨ ਨੇ ਕਿਹਾ ਅਗਲਾ ਕੁਐਸਚਨ ਲਿਖੋ ਸਿੱਖ ਮੁਗਲ ਫੌਜਾਂ ਨੂੰ ਕਿੱਥੇ ਹਾਰ ਦੇ ਚੁੱਕੇ ਸਨ ਸਰਹੰਦ ਅਨੰਦਪੁਰ ਸਾਹਿਬ ਚਮਕੌਰ ਦੀ ਗੜੀ ਖਿਦਰਾਣੇ ਦੀ ਢਾਬ ਬੋਲੋ ਬੱਚੇ ਆਂਸਰ ਮੈਂ ਬਾਰ ਬਾਰ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਇਕਾਂਗੀ ਥੋਰਲੀ ਰੀਡ ਕਰਨਾ ਪੈਣਾ ਤੁਸੀਂ ਕਲਾਸ ਟੈਸਟਾਂ ਦੇ ਵਿੱਚੋਂ ਦਿਲਪ੍ਰੀਤ ਹੋਏ ਕੇਸ਼ਵ ਰਿੱਖੀ ਹੋਏ 10 ਚੋਂ 10 ਮਾਰਕਸ ਲੈ ਲੈਂਦੇ ਹੋ ਬੱਚੇ ਜਦ ਤੱਕ ਚੈਪਟਰ ਥੋਰੋਲੀ ਰੀਡ ਨਹੀਂ ਕਰੋਗੇ ਸਮਝੋਗੇ ਨਹੀਂ ਮਾਰਕਸ ਕਿੱਦਾਂ ਆਉਣਗੇ ਤੁਹਾਡੇ ਤੇ ਮੈਨੂੰ ਨਹੀਂ ਸਮਝ ਆਉਂਦੀ ਸਿੱਖ ਮੁਗਲ ਫੌਜਾਂ ਨੂੰ ਕਿੱਥੇ ਹਾਰ ਦੇ ਚੁੱਕੇ ਸਨ ਖਿਦਰਾਣੇ ਦੀ ਢਾਬ ਖਿਦਰਾਣੇ ਦੀ ਢਾਬ ਦਾ ਹੁੰਦਾ ਕੀ ਨਾਮ ਹੈ ਪਤਾ ਤੁਹਾਨੂੰ ਖਿਦਰਾਣੇ ਦੀ ਢਾਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਂ ਸਿੰਘ ਵੱਲੋਂ ਲਿਖਿਆ ਹੋਇਆ ਜਿਹੜਾ ਬਦਾਵਾ ਸੀ ਫਾੜ ਕੇ ਉਹਨਾਂ ਨੂੰ ਮੁਕਤ ਕੀਤਾ ਸੀ ਤੇ ਇਹਦਾ ਨਾਮ ਕੀ ਪੈ ਗਿਆ ਮੁਕਤਸਰ ਉਹ ਸਿੱਖ ਜਿਹੜੇ ਕਿ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਛੱਡਣ ਲੱਗਿਆ ਬਦਾਵਾ ਲਿਖ ਕੇ ਦੇ ਆਏ ਸੀ ਅਸੀਂ ਭੁੱਖੇ ਪਿਆਸੇ ਤੁਹਾਡਾ ਸਾਥ ਨਹੀਂ ਦੇ ਸਕਦੇ ਫਿਰ ਜਦੋਂ ਘਰ ਗਏ ਤਾਂ ਉਹਨਾਂ ਦੀ ਜਿਹੜੀ ਮਾਈ ਭਾਗੋ ਸੀ ਉਹਨੇ ਫਟਕਾਰਾਂ ਪਾਈਆਂ ਕਿ ਤੁਸੀਂ ਚੂੜੀਆਂ ਪਾ ਕੇ ਬੈਠੋ ਅਸੀਂ ਗੁਰੂ ਜੀ ਦਾ ਸਾਥ ਦਿੰਦੇ ਹਾਂ ਫਿਰ ਇਹ ਕਿੱਥੇ ਜਾ ਕੇ ਲੜੇ ਸੀ ਖਿਦਰਾਣੇ ਦੀ ਢਾਬ ਤੇ ਮੁਗਲ ਫੌਜਾਂ ਨੂੰ ਕੀ ਦਿੱਤੀ ਹਾਰ ਦਿੱਤੀ ਆਪਸ਼ਨਸ ਕੀ ਨੇ ਸਰਹੰਦ ਅਨੰਦਪੁਰ ਸਾਹਿਬ ਚਮਕੌਰ ਦੀ ਗੜੀ ਜਾਂ ਖਿਦਰਾਣੇ ਦੀ ਢਾਬ ਨੋਟ ਕਰੋ ਨੈਕਸਟ ਕੁਐਸਚਨ ਕਿਹੜਾ ਮੁਗਲ ਹਾਕਮ ਸੀ ਕਿਹੜਾ ਮੁਗਲ ਹਾਕਮ ਗੁਰੂ ਨਾਨਕ ਦੇਵ ਜੀ ਦੇ ਅੱਗੇ ਝੁੱਕ ਗਿਆ ਸੀ ਬਾਬਰ ਕਿਉਂਕਿ ਬਾਬਰ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਬਾਦਸ਼ਾਹ ਇਹ ਵੀ ਗੱਲਾਂ ਬਾਤਾਂ ਚ ਅਸਤ ਖਾਨ ਕਹਿੰਦਾ ਔਰੰਗਜ਼ੇਬ ਨੂੰ ਸਲਾਹ ਦਿੰਦਾ ਕਿ ਤੁਹਾਨੂੰ ਵੀ ਗੁਰੂ ਜੀ ਨਾਲ ਮਿਲ ਕੇ ਸੁਲਾਹ ਕਰ ਲੈਣੀ ਚਾਹੀਦੀ ਹੈ ਕਿੱਥੇ ਪੈਗਾਮ ਦਿੱਤਾ ਗੁਰੂ ਜੀ ਨੇ ਉਹਨੂੰ ਕਿੱਥੇ ਮਾਲਵੇ ਦੀ ਕਿਹੜਾ ਇਲਾਕਾ ਕਾਂਗੜ ਨਗਰ ਨੈਕਸਟ ਕੁਐਸਚਨ ਲਿਖੋ ਬੇਟੇ ਕਾਮ ਬਖਸ਼ ਕਿਸਦਾ ਭਰਾ ਹੈ ਕਾਮ ਬਖਸ਼ ਕਿਸਦਾ ਭਰਾ ਹੈ
पाम बख्श जिन्नत उन्निसा जिन्नत उन्निसा दा की है भरा ते पुत्र की दा फिर पुत्र बेगम उदयपुरी जे क्वेश्चन आंसर च बेगम उदयपुरी आए उदयपुरी ते औरंगजेब दा भी बेगम उदयपुरी क्योंकि औरंगजेब की तीसरी पत्नी है बेगम उदयपुरी ठीक है जिन्हों सब तो वध प्यार करता है उन क्वेश्चंस लिखिए नेक्स्ट ध्यान नाल क्वेश्चन लिखो औरंगजेब वजीर खां द्वारा गुरु जी उपर किते जुल्मा दे सामने अपने आप नू की समझदा वजीर खां द्वारा गुरु जी उपर किते जुल्मा दे सामने अपने आप नू की समझदा औरंगजेब की समझदा जफरनामा पढ़ के दलेर जा बहादुर खुश कायर जा मजबूर मजबूर के बेवस मजबूर ते बेवस नोट करो आंसर मजबूर ते बेवस समझदा कहना मेरी चली नहीं मैं मजबूर सी क्योंकि अपना राज नहीं ना छड़ना चाहता वो वजीर खान इस करके छड़ना नहीं सी चाहता जो तो उन्होंने पता भी लग गया तां भी वजीर खाना बिगाड़नी नहीं चाहता कहना मैं मजबूर हाँ। नेक्स्ट क्वेश्चन औरंगजेब वजीर खां द्वारा गुरु साहब उपर किते जुल्मा सामने अपने आप नू की समझदा है की समझदा बेटे मजबूर जां बेवस नेक्स्ट नेक्स्ट क्वेश्चन की पढ़ के औरंगजेब दी रूह कंब उठी जां की पढ़ के औरंगजेब सारी रात सो नहीं सकया जफरनामा की पढ़ के सारी रात सो नहीं सकया जफरनामा पढ़ के नेक्स्ट औरंगजेब दा सब तो वधिया अहलकार अस्त खान ते उस तो भी वध के ओ उसका दिली दिली मित्र दिली दोस्त नेक्स्ट जहान पनाता जहान पनाता नहायत ही किसते मालक हन जहान पना किसनु क्या गया औरंगजेब नु जहान पनाता नहायत ही किसते मालक हन पुख्ता इरादे दे बहादरी दे मालक ने झूठ दे मालक ने प्रजा नु सुख देन दे मालक ने जा पुख्ता इरादे जहान पना ता पुख्ता इरादे दे मालक हन पुख्ता इरादे दे मालक हन नेक्स्ट क्वेश्चन ये कहंदा कौन है वैसे जहान पना ये कौन कहंदा है जहान पना ता पुख्ता इरादे दे मालक ने ये कौन कहंदा बेटे अस्त खान शाही हकीम शाही हकीम कहंदा है कि जहान पना तो नहायत परेशान ने ये किवें परेशान हो गए ये तो पुख्ता इरादे दे मालक हन नेक्स्ट क्वेश्चन नेक्स्ट क्वेश्चन लिखो अस्त खां दे चरित्र दा एक खास गुण चरित्र दा खास गुण ऑप्शंस ने हिकमत दा माहिर खिदमत करन वाला विश्वास ते भरोसे योग अहलकार विश्वास ते भरोसे योग अहलकार क्योंकि खिदमत करन वाली ता जिन्नत उन्नी सा ते हिकमत दा माहिर कौन है शाही हकीम हिकमत मीन्स हर तकलीफ दा माहिर कौन है शाही हकीम उन्होंने मीनिंग भी पता होना चाहिए ना जे आज क्वेश्चन हिकमत का माहिर कौन है हूँ एक क्वेश्चन लिखो शाही हकीम के चरित्र का एक खास गुण शाही हकीम के चरित्र का खास गुण है हिकमत का माहिर हिकमत का माहिर कौन है शाही हकीम और भी आज खिदमत करने वाला चापलूसी करने वाला ठीक है दैन हिकमत का माहिर शाही हकीम
कौन है हिकमत दा माहिर। नेक्स्ट, नंद लाल गोवा का नाम आया इस एकांगी दे विच, नंद लाल गोवा कौन सन? नंद लाल गोवा एक विद्वान, औरंगजेब का अहलकार, गुरु जी के कविया विचों एक कवि, के गुरु जी का पैगाम लियाउण वाला, गुरु जी के कविया विचों एक प्रसिद्ध कवि नंद लाल गोवा। नंद लाल गोवा कौन सी? गुरु जी दे प्रसिद्ध कवियां विच्चों एक कवि नंद लाल गोवा। दरबारी कवियां विच्चों जे क्वेश्चन आए दरबारी कवियां विच्चों कवि दा नाम नंद लाल गोवा, जे सिंपल आ जाए भाई नंद लाल जी, भाई ईश्वर सिंह जी, ठीक है, भाई दया सिंह जी, नंद लाल गोवा जी कौन सन? दरबारी कवियां विच्चों एक कवि। नेक्स्ट क्वेश्चन, नेक्स्ट लिखो, आलमगीर शब्द किस लिए वर्त्या एकांगी विच? आलमगीर औरंगजेब ले, हुन आलमगीर तो भाव की है? हुन भाव लिखो मीनिंग की है, आलमगीर का अर्थ की है? प्रजा नु सुख देने वाला, दुनिया नु काबू कर रखन वाला, दुनिया नु काबू रखने वाला एक मीनस औरंगजेब का एक खिताब जिन्हों कहते हैं, दैन दुनिया नु दुख देन वाला, दुनिया नु काबू रखने वाला आलमगीर। आलम जमा गीर पिछेत्र, जेडे पिछेत्र आप अगली टर्म च करने हैं, दिलगीर बगलगीर आलमगीर, आलमगीर औरंगजेब लिए वरत्या है। नेक्स्ट, कासद शब्द किस लिए वरत्या है? कासद, कासद शब्द समझते हो? कासद ये अस्त खान ना गुरु जी औरंगजेब नु कहंदा है, जदों दोनों की चर्चा चलती ना की कहंदा है, कासद दे हाथ सुनिया भेजो कि गुरु जी नाल सुलह कीती जावे। हुण दसो कासद दा की भाव होया? फिर सुनिया पहुंचाउण वाला। कासद उर्दू फारसी का शब्द है, लिखो बेटे, कासद सुनिया पहुंचाउण वाला, सुनिया लैके आउण वाला, कासद का भाव है मिलन वाला जा अजमत वाला, सुनिया पहुंचाउण वाला। नेक्स्ट क्वेश्चन, अबादत तो की भाव है? क्योंकि औरंगजेब अबादत का भी कायल सी, अबादत उर्दू फारसी का शब्द है अबादत, कि भावे मैदाने जंग होवे अबादत नहीं सी छड़दा। बंदगी, अबादत तो भाव है बंदगी, नोट करो बेटे, अबादत मीन्स बंदगी। सल्तनत का की भाव होंगे? क्योंकि औरंगजेब मुगल सल्तनत का बादशाह होया, सल्तनत मीन्स राज, सल्तनत मीन्स प्रजा, सल्तनत मीन्स दुनिया, सल्तनत मीन्स राज, बोल, सल्तनत मीन्स पैगाम, सल्तनत मीन्स राज। औरंगजेब केड़ी सल्तनत का बादशाह है? मुगल सल्तनत का बादशाह। नेक्स्ट है अक्सीर, अक्सीर तो की भाव है? शाही हकीम ने वर्ड यूज किया कि मैं तुहाडे लिए जई अक्सीर बनावांगा, जेड़ी दवाई। अक्सीर तो भाव है आसीस, अक्सीर तो भाव है आसीस, अक्सीर तो भाव है खुशी, अक्सीर तो भाव है दवाई, अक्सीर तो भाव है जड़ी बूटी, दवाई। अक्सीर किनू कहंदे ने? दवाई। नेक्स्ट, नेक्स्ट क्वेश्चन लिखो, जिन्नत उन निसा तो इलावा गुरु जी दे हक विच होर कौन सी? गुरु जी दे हक विच जड़ा बोलदा सी कौन सी? शहजादा। मैं क्वेश्चन कराया भी सी, केड़ा मुगल शहजादा सी जड़ा गुरु जी दे हक विच बोलदा सी? चलो यही दस दो, वो जिन्नत उन निसा दा भरा भी सी, पहले नहीं नहीं काम बख्श ने एक भरा दा नाम आया ना जड़ा पहला मुअज्जम, मुअज्जम है जड़ा ओ शहजादा होया मुगल शहजादा औरंगजेब दा ही। अच्छा, औरंगजेब दे पिता दा की नाम है?
शाहजहां, वेरी गुड शाहजहां, नोट करो। औरंगजेब ने तो पिता की मौत का भी इंतजार नहीं सी किता, ये अपा रीडिंग कीती हुई है कि जदों ने तख्त नू काबू करना सी, किसा इंतजार नहीं सी किता औरंगजेब ने अपने पिता शाहजहां की मौत का। शाहजहां औरंगजेब का पिता है। नेक्स्ट लिखो क्वेश्चन। वजीर खान ने किसी तोहीन की है? तोहीन औरंगजेब दी, गुरु गोबिंद सिंह जी दी, इस्लाम धर्म दी, या मुगल राज दी? इस्लाम धर्म दी तोहीन की है। नोट करो बेटे, इस्लाम धर्म दी तोहीन करने वाला कौन सी? अगला क्वेश्चन जी ऐसे ही आ जाए। अहमद खान, वजीर खान, औरंगजेब। औरंगजेब तो नमाज पढ़ता है, तोहीन करता ही नहीं है, कौन करता है? वजीर खान। उन्हें इस्लाम धर्म की तोहीन की, इन्ने माड़े कर्म किए है। गुरु जी ने आनंदपुर का किला छड़ने मजबूर किया, पिछों धावा बोल दिता, छोटे साहिबजादे नीहां विच नवा दिता, बहुत ही माड़े कर्म किए। तो औरंगजेब नाल धोखा भी किया, और कादियां कसमां खादियां वजीर खान ने? कहड़ियां कसमां खा के औरंगजेब नाल धोखा किया? कुरान शरीफ दियां, नोट करो, कुरान शरीफ दियां झूठियां कसमां खाने वाला कौन सी? असद खान, अहमद खान, वजीर खान, जा औरंगजेब? वजीर खान। किन्ने क्वेश्चन बन जाते बेटे, ठीक है जे, बहुत सारे। अच्छा हुण बेगम उदयपुरी का एक चरित्र का खास गुण, बेगम उदयपुरी खास गुण दसो, खास गुण की है? प्रजा नूं सुख देण वाली, पुत्रां नाल प्यार करन वाली, पति का डर मनन वाली, ते सेवा करन वाली। पति का डर मनन वाली, डर मन के सेवा करती है, पहला तो मेन है डर मनती है। हाँ जी बेटे राघव, राघव कोई डाउट है बच्चे? राघव मैम बंदगी का मतलब बताना, बंदगी का, बंदगी अबादत, अबादत का मीनिंग है बंदगी। बंदगी मीन्स भक्ति, बंदगी। वो बाबा फरीद जी का श्लोक भी आंदा ना, फरीद जी का दिलो मोहब्बत जिन सही सच्चा जिन मन और मुखर से कांडे, ओदे विच ही वर्ड आंदा बंदगी। कर बंदे तू बंदगी, बंदगी मीन्स भक्ति, नाम जपना, रब नू ध्याना, ओनू बंदगी कहंदे। नेक्स्ट लिखो, आपां की लिखिया बेगम उदयपुरी दे चरित्र दा गुण, हुण लिखो जिन्नत उन निसा दे चरित्र दा खास गुण। जिन्नत उन निसा, यस, पिता दी सेवा करन वाली, खिदमत करन वाली। 30 साल तक उन्हें खिदमत कीती पिता दी, पिता दी सेवा करन वाली, अपने भराणा दी सेवा करन वाली, मुगल राज नूं संभालन वाली। की है खास गुण? पिता दी सेवा करन वाली। एंड मूवमेंट ते भी ना कौन सहारा बंदा है औरंगजेब दा? उसकी बेटी जिन्नत उन निसा। नेक्स्ट है शाही हकीम दा एक खास गुण, हुने हुने मैं तुहानूं करवाया, हिकमत दा माहिर। देखो हुने जे सुनिया कि हिकमत दा माहिर कौन होया? शाही हकीम, वही उहदा खास गुण है, हिकमत दा माहिर। हिकमत दा माहिर कौन है? औरंगजेब का कोई खास गुण दस दे? खास गुण बथेरे है, हुकूमत के नशे विच अन्ना, कट्टड़ धर्मी, कट्टड़ धर्मी आलमगीर, कट्टड़ धर्मी मुगल शहनशाह, जेड़ा भी वर्ड दिता होगा ऑप्शन, जे कट्टड़ धर्मी मुगल शहनशाह आ गया, वह भी चरित्र का गुण है। दैन खास गुण तो आई है हुकूमत के नशे विच अन्ना। नैक्सट हुण आपां करिए बेटे बहु अर्थक शब्द, बस इन्ना मीनिंग दस दो। खलकत का की मीनिंग होता? खलकत, ये तो मैं तुहानूं बहुत वारी, खलकत मीन दुनिया, खलकत मीनस प्रजा, खलकत मीनस राज, खलकत मीनस खुशी। खालक खलक खलक में खलक वसे रब माहे, फरीद जी कहंदे है खलकत दुनिया, खलकत बनाने वाला परमात्मा जो खलकत विच ही वसदा है। उर्दू फारसी के शब्द वरते गए इसी कांगी विच, ज्यादातर किहड़े शब्दों की वरतों की है? उर्दू फारसी के। हुण आपां गल करिए बहु अर्थक शब्द,
ਤੁਹਾਡੀ ਕਲਾਸ ਦੇ ਵਿੱਚ ਆਪਾਂ 55 ਤੱਕ ਬਹੁ ਅਰਥਕ ਸ਼ਬਦ ਕਰ ਚੁੱਕੇ ਹਾਂ। ਨੋਟ ਕਰੋ PT2 ਐਗਜ਼ਾਮ ਦੇ ਵਿੱਚ 1 to 75 ਆਣੇ ਹੈ, 1 to 75। ਔਰ ਜਿਹੜੀ ਟਰਮ ਹੈ ਉਹਦੇ ਵਿੱਚ ਸਾਰੇ ਹੀ ਹੈ, ਤੁਹਾਡੀ ਬੁੱਕ ਵਿੱਚ 1 to 110 ਦਿੱਤੇ ਹੈ, ਪਰ ਉਸ ਤੋਂ ਇਲਾਵਾ ਜਿਹੜੇ ਮੈਂ ਐਕਸਟਰਾ ਕਰਾਉਂਗੀ ਉਹ ਵੀ, ਉੱਥੇ ਕੋਈ ਲਿਮਿਟ ਨਹੀਂ। ਤੁਸੀਂ ਇਹ PT2 ਐਗਜ਼ਾਮ ਦੇ ਵਿੱਚ 1 to 75 ਕਰ ਲਓ, ਉਸ ਤੋਂ ਬਾਅਦ ਜਿਹੜੇ 2 months ਹੋਣਗੇ ਉਦੋਂ ਆਪਾਂ ਸਾਰੇ ਹੀ ਰਿਵਾਈਜ਼ ਕਰ ਲੈਣੇ। ਹੁਣ 1 to 75 ਕਿੱਥੋਂ ਤੱਕ ਬੰਦੇ ਨੇ ਤੁਹਾਡੇ? ਸੱਤਾ ਭਾਗ ਤੱਕ, ਬਸ ਸੱਤਾ ਭਾਗ ਤੱਕ ਨੇ। ਭਾਵੇਂ 1 to 80 ਹੈ, 1 to 75 ਹੈ, 1 to 76 ਹੈ, ਸੱਤਾ ਭਾਗ ਜਿਵੇਂ ਸੀਕੁਐਂਸ ਉੜੇ ਤੋਂ ਚੱਲਦੇ ਆ ਰਹੇ ਆ, ਆਪਾਂ ਛੱਛਾ ਭਾਗ ਕਰ ਚੁੱਕੇ। ਹੁਣ ਅੱਗੇ ਲਿਖੋ ਛੱਛਾ ਭਾਗ ਦੇ ਬਹੁ ਅਰਥਕ ਸ਼ਬਦ। ਨੋਟ ਕਰੋ ਬੇਟੇ ਕੇਸ਼ਵ, ਰਿਖੀ, ਦਿਲਪ੍ਰੀਤ, ਤੁਸੀਂ ਬੱਚੇ ਨੋਟ ਨਹੀਂ ਕਰ ਰਹੇ ਔਰ ਨਾਲ ਨਾਲ ਤੁਹਾਡੀ ਮਰਮਰਿੰਗ ਚੱਲ ਰਹੀ ਹੈ। ਯੈਸ ਬੇਟੇ, ਛੱਛਾ ਭਾਗ ਦਾ ਇੱਕ ਰਹਿੰਦਾ ਹੈ ਚੌਂਕੀ। ਨੋਟ ਕਰੋ ਚੌਕੀ ਜਾਂ ਚੌਂਕੀ, ਇਹਦਾ ਭਾਵ ਹੈ ਨਿੱਕਾ ਤਖਤ ਪੋਸ਼। ਨਿੱਕਾ ਤਖਤ ਪੋਸ਼ ਚੌਂਕੀ ਮੀਨਸ ਉਹ ਚੌਂਕੀ ਤੇ ਬੈਠ ਕੇ ਸਬਜ਼ੀ ਕੱਟ ਰਹੀ ਹੈ। ਚੌਂਕੀ ਮੀਨਸ ਲੱਕੜ ਦੀ ਬਣੀ ਹੋਈ। ਇੱਕ ਹੁੰਦੀ ਪੀੜੀ ਜਿਹਨੂੰ ਰੱਸੀ ਦੀ ਬਣਾਇਆ ਜਾਂਦਾ ਹੈ, ਪੀੜੀ, ਪੀੜਾ ਕਹਿੰਦੀ ਹੈ ਨਾ, ਮੰਜਾ ਤੇ ਪੀੜਾ, ਠੀਕ ਹੈ, ਜਿਹੜਾ ਦਾਵਨ ਦਾ ਵੀ ਬੰਦਾ ਹੈ, ਰੱਸੀ ਦਾ ਵੀ ਬੰਦਾ ਹੈ। ਇੱਕ ਹੁੰਦੀ ਚੌਂਕੀ, ਲੱਕੜ ਦੀ ਬਣੀ ਹੋਈ ਚੌਂਕੀ ਜਾਂ ਕੇਨ ਦੀ ਬਣੀ ਹੋਈ, ਠੀਕ ਹੈ, ਸੁਹਾਣੀ ਹੈ, ਜਿਹੜੀ ਚੌਂਕੀ ਤੇ ਬੈਠ ਕੇ ਕਣਕ ਸਾਫ ਕਰ ਰਹੀ ਹੈ। ਨੈਕਸਟ ਹੈ ਤੇ ਕੇਨ, ਜਿਹੜੀ ਪਲਾਸਟਿਕ ਦੀ ਤਾਰ ਹੈ ਨਾ, ਉਹ ਹੁੰਦੀ ਕਹਿੰਦੇ ਕੇਨ ਕਹਿੰਦੇ ਉਹਨੂੰ। ਨੈਕਸਟ ਚੌਂਕੀ ਮੀਨਸ ਤਾਸ਼ ਦਾ ਪੱਤਾ, ਤਾਸ਼ ਦਾ ਪੱਤਾ, ਜਿਵੇਂ ਇੱਕ ਤਾਸ਼ ਦਾ ਗੋਲਾ ਵੀ ਹੁੰਦਾ ਨਾ, ਗੁਲਾਮ ਜਿਹਨੂੰ ਕਹਿੰਦੇ ਗੋਲਾ, ਬਾਦਸ਼ਾਹ ਦਾ ਗੋਲਾ ਹੁੰਦਾ ਨਾ, ਉਵੇਂ ਤਾਸ਼ ਦੀ ਇੱਕ ਹੁਕਮ ਦੀ ਕੀ ਹੁੰਦੀ ਹੈ, ਚੌਂਕੀ ਹੁੰਦੀ ਹੈ, ਹੁਕਮ ਦੀ ਚੌਕੀ। ਨੈਕਸਟ ਇੱਕ ਪੁਲਿਸ ਦੀ ਚੌਂਕੀ ਹੁੰਦੀ ਹੈ, ਉਹਦੇ ਚ ਭਾਵੇਂ ਬਿੰਦੀ ਆ ਜਾਂਦੀ ਹੈ ਨਾ, ਠੀਕ ਹੈ, ਹਰੇਕ ਇਲਾਕੇ ਦੀ ਆਪਣੀ ਪੁਲਿਸ ਚੌਂਕੀ ਹੁੰਦੀ ਹੈ। ਉਹ ਫਿਰ ਵਰਡ ਤਾਂ ਇਹਦੇ ਵਿੱਚ ਹੀ ਲੈਣਾ ਨਾ, ਪੁਲਿਸ ਚੌਂਕੀ। ਨੈਕਸਟ ਹੈ ਇੱਕ ਹੁੰਦਾ ਹਾਜ਼ਰੀ ਭਰਨੀ, ਹਾਜ਼ਰੀ ਭਰਨੀ, ਲੋਕ ਹੈ ਕਈ ਪੀਰਾਂ ਦੇ ਦਰ ਤੇ ਜਾ ਕੇ ਚੌਂਕੀ ਭਰਦੇ ਨੇ ਦੁੱਖਾਂ ਤਕਲੀਫਾਂ ਤੋਂ ਨਿਜਾਤ ਪਾਉਣ ਲਈ। ਇੱਥੇ ਤੁਸੀਂ ਨਕੋਦਰ ਵਾਲੀ ਸਾਈਡ ਜਾਓ ਨਾ, ਮਾਲੜੀ ਸਾਹਿਬ ਆ, ਉੱਥੇ ਵੀ ਲੋਕ ਚੌਂਕੀ ਭਰਦੇ ਆ ਆਪਣੀ, ਜਿਹਨਾਂ ਨੂੰ ਜੁਆਇੰਟ ਪੇਨ ਹੋ ਜਾਂਦੀ ਹੈ, ਕਿ ਕਈ ਲੋਕ ਮਾਤਾ ਦੀ ਚੌਂਕੀ ਭਰਦੇ ਆ, ਕਈ ਕਿਸੇ ਪੀਰ ਜਿਹੜੇ ਹੁੰਦੇ ਨੇ, ਪੀਰ ਫਕੀਰਾਂ ਦੀ ਦਰ ਤੇ ਜਾ ਕੇ ਚੌਂਕੀ ਭਰਦੇ ਨੇ ਦੁੱਖਾਂ ਤਕਲੀਫਾਂ ਤੋਂ ਮੁਕਤੀ ਪਾਉਣ ਲਈ, ਉਹਨੂੰ ਕਹਿੰਦੇ ਹਾਜ਼ਰੀ ਭਰਨੀ। ਨੈਕਸਟ ਲਿਖੋ ਛਾਪਾ, ਹੁਣ ਛੱਛਾ ਭਾਗ, ਛਾਪਾ ਅਚਨਚੇਤ ਪੜਤਾਲ ਕਰਨੀ, ਪੁਲਿਸ ਨੇ ਛਾਪਾ ਮਾਰ ਕੇ ਸਾਰੇ ਮਿਲਾਵਟਖੋਰ ਫੜ ਲਏ। ਇੱਕ ਛਾਪਾ ਹੁੰਦਾ ਛਾਪਾ, ਠੱਪਾ ਲਾਉਣਾ, ਠੱਪਾ ਲਾਉਣਾ ਜਿਹਨੂੰ ਕਹਿੰਦੇ ਹੈ। ਲਿਖੋ ਇਸ ਕੱਪੜੇ ਦਾ ਛਾਪਾ ਜਿਹੜਾ ਫਿੱਕਾ ਹੈ, ਬਿਲਕੁਲ ਕਲੀਅਰ ਨਹੀਂ ਹੈ। ਇੱਥੇ ਅੱਖਰਾਂ ਦਾ ਛਾਪਾ ਜਿਹੜਾ ਇਸ ਬੁੱਕ ਦੇ ਵਿੱਚ, ਇਸ ਕਿਤਾਬ ਦੇ ਵਿੱਚ ਛਾਪਾ ਜਿਹੜਾ ਸਹੀ ਨਹੀਂ ਹੈ। ਆਪਾਂ ਜਦੋਂ ਪੁਸਤਕ ਵਿਕਰੇਤਾ ਤੋਂ ਪੁਸਤਕਾਂ ਮੰਗਵਾਉਂਦੇ ਹਾਂ, ਕੀ ਕਹਿੰਦੇ ਹਾਂ, ਛਪਾਈ ਸਾਫ ਸੁਥਰੀ ਹੋਏ, ਮੀਨ ਜਿਹੜਾ ਛਾਪਾ ਲਗਾਇਆ ਹੋਇਆ, ਠੀਕ ਹੈ, ਉਹ ਛਾਪਾ ਕੱਪੜੇ ਤੇ ਵੀ ਹੋ ਸਕਦਾ, ਉਹ ਛਾਪਾ ਕਿਤਾਬਾਂ ਚ ਵੀ ਹੋ ਸਕਦਾ, ਉਹਨੂੰ ਕਹਿੰਦੇ ਠੱਪਾ। ਅੱਗੇ ਲਿਖਿਓ ਕੰਡਿਆਂ ਵਾਲੀ ਢਾਣੀ ਨੂੰ ਵੀ ਛੱਪਾ ਕਹਿੰਦੇ ਆ, ਟਾਹਣੀ, ਕੰਡਿਆਂ ਦੀ ਟਾਹਣੀ, ਉਹਨੂੰ ਵੀ ਛਾਪਾ ਕਹਿੰਦੇ ਆ। ਕਿਸਾਨਾਂ ਨੇ ਛਾਪਾ ਰੱਖ ਕੇ ਮੋਰਚੇ ਲਾਏ ਹੋਏ ਨੇ, ਟਾਹਣੀਆਂ ਰੱਖ ਕੇ, ਠੀਕ ਹੈ, ਧਰਨੇ ਲਾਏ ਹੋਏ ਨੇ, ਛਾਪਾ ਮੀ ਟਾਹਣੀਆਂ। ਨੈਕਸਟ ਕੁਸ਼ਚਨ ਛਿੱਟ, ਛਿੱਟ, ਛੱਛੇ ਨੂੰ ਸਿਹਾਰੀ, ਪਹਿਲਾਂ ਵਰਡਸ ਲਿਖਦੇ ਨਹੀਂ ਆ, ਫਿਰ ਤਿੰਨ ਤਿੰਨ ਵਰਡਸ, ਜਿੰਨੇ ਜਿੰਨੇ ਬਹੁ ਅਰਥਕ ਸ਼ਬਦ ਬਣਦੇ ਆ, ਪਹਿਲੇ ਤਾਂ ਬਹੁ ਅਰਥਕ ਦਾ ਮੀਨਿੰਗ ਹੋਣਾ ਚਾਹੀਦਾ, ਇੱਕ ਸ਼ਬਦ ਦੇ ਬਹੁਤੇ ਅਰਥ, ਇੱਕ ਸ਼ਬਦ ਦਾ ਇੱਕ ਅਰਥ, ਬਹੁਤੇ ਸ਼ਬਦਾਂ ਦਾ ਇੱਕ ਅਰਥ, ਜਾਂ ਬਹੁਤੇ ਸ਼ਬਦਾਂ ਦੇ ਇੱਕੋ ਜਿਹੇ ਅਰਥ, ਇੱਕ ਸ਼ਬਦ ਦੇ ਬਹੁਤੇ, ਇੱਕ ਤੋਂ ਵੱਧ, ਇੱਕ ਤੋਂ ਵੱਧ ਅਰਥ,
ਇਹ ਕੁਐਸਚਨ ਆਉਣਾ ਜ਼ਰੂਰੀ ਆ। ਠੀਕ ਹੈ, ਆਪਾਂ ਪਹਿਲਾਂ ਛਾਪਾ ਵਰਡ ਕੀਤਾ, ਦੈਨ ਛਿੱਟ, ਛਿੱਟ ਚੌਂਕੀ ਵਰਡ ਵੀ ਕੀਤਾ। ਛਿੱਟ ਦਾ ਕੀ ਮੀਨਿੰਗ ਹੋਏਗਾ? ਛਿੱਟ ਮੀਨਸ ਵਰਖਾ ਦੀ ਛਿੱਟ, ਕਨੀਆਂ। ਠੀਕ ਹੈ, ਛਿੱਟਾਂ ਪੈ ਰਹੀਆਂ ਨੇ, ਛਿੱਟ ਉਹ ਛਿੱਕ ਹੈ, ਉਹ ਛਿੱਕ ਹੈ, ਉਹ ਤਾਂ ਵਰਡ ਹੀ ਅਲੱਗ ਹੋ ਗਿਆ। ਇੱਕ ਹੁੰਦਾ ਛਿੱਕੇ ਨਿੱਚ ਮਾਰਨੀ, ਇੱਕ ਹੁੰਦਾ ਛਿੱਕੇ ਤੇ ਟੰਗਣਾ, ਪਰਵਾਹ ਹੀ ਨਹੀਂ ਕਰਨੀ। ਇੱਕ ਛਿੱਕੇ ਛਿੱਕਾ ਹੁੰਦਾ ਜਿਹੜਾ ਖੇਡਣ ਵਾਲਾ, ਉਹਨੂੰ ਵੀ ਛਿੱਕਾ ਕਹਿੰਦੇ ਆ, ਚਿੜੀ ਛਿੱਕਾ, ਉਹ ਛਿੱਕ ਦੇ ਵਿੱਚ ਆ ਸਕਦਾ। ਇੱਕ ਛਿੱਕ ਹੁੰਦਾ ਜਿਹੜੀ ਤੁਸੀਂ ਰਾਤ ਨੂੰ, ਕਈ ਜਿਹਨਾਂ ਦੇ ਘਰ ਫਰਿੱਜ ਨਹੀਂ ਹੈ, ਗਰੀਬ ਲੋਕ ਨੇ, ਉਹ ਛਿੱਕ ਤੇ ਟੰਗ ਦਿੰਦੇ ਨੇ ਆਪਣਾ ਸਮਾਨ ਜਿਹੜਾ ਬੱਚਿਆ ਹੁੰਦਾ, ਕਿ ਤਾਂ ਜੋ ਚੀਜ਼ ਖਰਾਬ ਨਾ ਹੋਏ। ਠੀਕ ਹੈ, ਕਲੀਅਰ ਹੈ ਬੇਟੇ? ਛਿੱਟ ਮੀਨਸ ਕਣੀ, ਛਿੱਟ ਵਾਲਾ ਕੰਪਲੀਟ ਕਰ ਲਓ। ਛਿੱਟ ਮੀਨਸ ਕਣੀ, ਵਰਖਾ ਦੀਆਂ ਛਿੱਟਾਂ, ਛਿੱਟ ਮੀਨਸ, ਛਿੱਟ ਮੀਨਸ ਛਿੱਟਾਂ ਪੈਣੀਆਂ, ਕੱਪੜੇ ਤੇ ਛਿੱਟਾਂ ਪੈ ਗਈਆਂ ਚਿੱਕੜ ਦੀਆਂ। ਇੱਕ ਛਿੱਟ ਮੀਨਸ ਲੜਾਕਾ, ਲੜਾਕਾ, ਉਹਦੇ ਨਾਲ ਤਾਂ ਝਗੜਾ ਨਾ ਕਰੋ, ਉਹ ਤਾਂ ਬੜਾ ਹੀ ਛਿੱਟਾ ਲੜਕਾ ਹੈ, ਝਗੜਾ ਕਰਕੇ ਤਾਂ ਆਪਣੇ ਆਪ ਨੂੰ ਮੁਸੀਬਤ ਚ ਪਾਉਣ ਵਾਲੀ ਗੱਲ ਹੈ। ਬਾਕੀ ਆਪਾਂ ਕੱਲ ਦੀ ਕਲਾਸ ਵਿੱਚ ਬਹੁ ਆਰਥਿਕ ਸ਼ਬਦ ਕੰਪਲੀਟ ਕਰਾਂਗੇ। ਥੈਂਕ